ਨਸ਼ਿਆਂ ਤੇ ਨਕੇਲ ਕਸਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਟੀਐਫ ਨੇ ਪੰਜਾਬ ਪੁਲਿਸ ਦੇ ਹੌਲਦਾਰ ਸਮੇਤ 3 ਵਿਅਕਤੀਆਂ ਨੂੰ 785 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਹੈ। ਐਸਟੀਐਫ ਦੇ ਆਈਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ 2 ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੇ ਦੱਸਿਆ ਸੀ ਕਿ ਉਹ ਇਹ ਨਸ਼ਾ ਗਗਨਦੀਪ ਸਿੰਘ ਉਰਫ ਗੱਗੀ ਕੋਲੋਂ ਖਰੀਦੇ ਨੇ, ਜੋ ਥਾਣਾ ਸਦਰ ਖੰਨਾ ਵਿੱਚ ਬਤੌਰ ਮੁਨਸ਼ੀ ਦੇ ਤੌਰ ਤੇ ਤਾਇਨਾਤ ਹੈ। ਇੱਕ ਗਗਨਦੀਪ ਨਾਂ ਦਾ ਮੁਲਜ਼ਮ, ਜੋ ਕਿ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ ਤੇ ਹੈ, ਔਰ ਉਹ ਇਸ ਵੇਲੇ ਮੁੱਖ ਮੁਨਸ਼ੀ ਸਦਰ ਖੰਨਾ ਵਿੱਚ ਲੱਗਾ ਹੋਇਆ ਸੀ, ਔਰ ਉੱਥੇ ਰਹਿ ਕੇ ਇਹ ਇਹਨਾਂ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀਗਾ। ਇਸ ਨੂੰ ਇਹ ਜਿਹੜੀ ਹੈਰੋਇਨ ਹੈ, ਹੁਣ ਤੱਕ ਦੀ ਤਫਤੀਸ਼ ਜੋ ਸਾਹਮਣੇ ਆਇਆ, ਦਿੱਲੀ ਤੋਂ ਇਹਨੂੰ ਮਿਲਦੀ ਸੀਗੀ, ਔਰ ਇਹ ਫਰਦਰ ਡਿਸਟ੍ਰੀਬਿਊਟ ਕਰਦਾ ਸੀਗਾ ਜੀ। ਇਹ ਵਿਅਕਤੀ ਇਸ ਨੂੰ ਵੇਚ ਕੇ ਪੈਸੇ ਕਮਾ ਕੇ ਆਪਣਾ ਸ਼ੇਅਰ ਰੱਖ ਕੇ ਪੈਸੇ ਵਾਪਸ ਗਗਨਦੀਪ ਨੂੰ ਭੇਜ ਦਿੰਦੇ ਸੀ, ਔਰ ਇਸ ਆਪਣੇ ਜ਼ਿੰਮੇਦਾਰ ਅਹੁਦੇ 'ਤੇ ਬੈਠਦਿਆਂ ਹੋਇਆਂ ਇਹ ਜੋ ਕੰਮ ਕਰਦਾ ਸੀਗਾ, ਇਹ 'ਤੇ ਅਸੀਂ ਕਾਰਵਾਈ ਕਰਦੇ ਹੋਇਆਂ ਇਹਨੂੰ ਗ੍ਰਿਫਤਾਰ ਕਰ ਲਿਆ। ਉਹਨੂੰ ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ 385 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਹੈ। ਸੋ ਇਹ ਟੋਟਲ ਜਿਹੜੀ ਹੈ 785 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਸਾਹਮਣੇ ਆਇਆ ਕਿ ਇਹ ਹੈਰੋਇਨ ਦਿੱਲੀ ਤੋਂ ਲਿਆ ਕੇ ਪੰਜਾਬ 'ਚ ਸਪਲਾਈ ਕੀਤੀ ਜਾਂਦੀ ਸੀ। ਲੁਧਿਆਣਾ ਤੋਂ ਵਿਵੇਕ ਟਾਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। Hello everyone, my name is Devya Sethi. I am from Fagwada aur main 25 saal ki hu. One of my friend from Jalandhar, unhone mujhe body fat ke bare mein bataya. Sirf 3 mahine yahan pe spend karne ke baad maine total weight loss yahan pe 16 kg kiya hai aur mera inch loss bhi 70 plus kiya hai. I would like to say please come here for a healthy weight loss and you will see the results. Thank you so much.